ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਟਾਂਡਾ ਵਿੱਚ ਪੈਂਦੇ ਜਾਜਾ ਬਾਈਪਾਸ ਦੇ ਨਜ਼ਦੀਕ ਦੋ ਬੱਸਾਂ ਦੇ ਵਿਚਕਾਰ ਹੋਈ ਟੱਕਰ ਤੋਂ ਬਾਅਦ ਮਿੰਨੀ ਬੱਸ ਪਲਟਣ ਕਾਰਨ ਹੋਇਆ ਐਕਸੀਡੈਂਟ। ਇਸ ਐਕਸੀਡੈਂਟ ਦੇ ਵਿੱਚ ਬੱਸ ਵਿੱਚ ਬੈਠੀਆਂ ਉਹਨਾਂ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ। ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ ਤੇ ਪੈਂਦੇ ਉੜਮੁੜ ਟਾਂਡਾ ਵਿਖੇ ਪੰਜਾਬ ਰੋਡਵੇਜ ਅਤੇ ਪ੍ਰਾਈਵੇਟ ਕੰਪਨੀ ਦੀ ਮਿੰਨੀ ਬੱਸ ਵਿਚਕਾਰ ਹੋਈ ਜ਼ਬਰਦਸਤ ਟੱਕਰ 19 ਸਵਾਰੀਆਂ ਗੰਭੀਰ ਰੂਪ ਚ ਜ਼ਖਮੀ ਹੋ ਗਈਆਂ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰੋਡਵੇਜ ਦੀ ਬੱਸ ਨੇ ਮਿੰਨੀ ਬੱਸ ਨੂੰ ਟੱਕਰ ਮਾਰ ਕੇ ਪਲਟਾ ਦਿੱਤਾ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ ਪਠਾਨਕੋਟ ਤੋਂ ਜਲੰਧਰ ਵੱਲ ਪੂਰੀ ਸਪੀਡ ਦੇ ਨਾਲ ਸਰਵਿਸ ਰੋਡ ਤੇ ਜਾ ਰਹੀ ਸੀ, ਜਦਕਿ ਸਾਹਮਣੇ ਤੋਂ ਆ ਰਹੀ ਲੋਕਲ ਮਿੰਨੀ ਬੱਸ ਨੇ ਤੇਜ਼ ਰਫਤਾਰ ਨਾਲ ਆ ਰਹੀ ਰੋਡਵੇਜ ਦੀ ਬੱਸ ਨੂੰ ਦੇਖ ਬ੍ਰੇਕ ਲਗਾ ਦਿੱਤੀ। ਪਰ ਪੰਜਾਬ ਰੋਡਵੇਜ ਦੀ ਤੇਜ਼ ਰਫਤਾਰੀ ਇੰਨੀ ਜ਼ੋਰ ਦੀ ਟੱਕਰ ਮਾਰੀ ਕਿ ਮਿੰਨੀ ਬੱਸ ਪਲਟੀ ਖਾ ਗਈ, ਜਿਸ ਵਿੱਚ ਸਵਾਰੀਆਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਟਾਂਡਾ ਉੜਮੁੜ ਵਿਖੇ ਦਾਖਲ ਕਰਵਾਇਆ। बस मिनी बस पता नहीं लगा किस तरह से मैंने सर कुछ समझ नहीं लग रहा मैं है कि किस मैं तो उठो दी मैं मिनी बस ਜਦੋਂ ਮੈਂ ਬੱਸ ਮਿੰਨੀ ਬੱਸ ਦਾ ਡਰਾਈਵਰ ਹੈਗਾ ਜੀ, ਅਤੇ ਮੈਂ ਅਸੀਂ ਆਪਣੀ ਸਾਈਡ 'ਤੇ ਆ ਰਹੇ ਸੀਗੇ, ਅਤੇ ਉੱਧਰੋਂ ਰੋਡਵੇਜ ਵਾਲਾ ਉਹਨੂੰ ਹੋਰਨ ਮਾਰੇ, ਲਾਈਟਾਂ ਮਾਰੀਆਂ, ਆਪਣੀ ਗੱਡੀ ਦਾ ਬੈਕ ਗੇਅਰ ਲਾ ਕੇ ਸੀ, ਕਿੰਨੀ ਬੈਕ ਵੀ ਲੈ ਕੇ ਗਏ, ਪਰ ਉਹ ਸਾਹਮਣੇ ਨਹੀਂ ਦੇਖ ਰਿਹਾ ਸੀ, ਪਿੱਛੇ ਨੂੰ ਦੇਖ ਰਿਹਾ ਸੀਗਾ ਬੱਸ ਦੇ ਪਿੱਛੇ ਨੂੰ, ਅਤੇ ਮੁੜ ਕੇ ਉਹਨੇ ਵੀ ਲਿਆ ਕੇ ਸਿੱਧੀ ਵਿੱਚ ਮਾਰੀ ਜੀ, ਲਿਆ ਕੇ ਸਾਡੀ ਗੱਡੀ ਪਲਟ ਗਈ ਜਿੱਦਾਂ ਪਰ ਹੋ ਗਈ। ਹਾਂਜੀ, ਇੱਦਾਂ ਕਰਕੇ ਫਿਰ ਦੁਆ ਅਸੀਂ ਟਾਂਡੇ ਤੋਂ ਘੋਖ ਨੂੰ ਆ ਰਹੇ ਸੀ। ਟੋਟਲ 19 ਮਰੀਜ਼ ਸਾਡੇ ਕੋਲ ਹਸਪਤਾਲ ਆਏ ਨੇ, ਜਿਹਨਾਂ ਦਾ ਅਸੀਂ ਟ੍ਰੀਟਮੈਂਟ ਵਗੈਰਾ ਸਾਰਾ ਕੁਛ ਅਤੇ ਅੱਗੇ ਟੈਸਟ ਵਗੈਰਾ ਲਿਖੇ। ਟੋਟਲ ਕਿੰਨੇ ਆ? ਟੋਟਲ 19 ਆ, 19 ਪੇਸ਼ੈਂਟ। ਮੋਸਟ ਆਫ ਦਾ ਪੇਸ਼ੈਂਟ ਸਟੇਬਲ ਹੀ ਨੇ, ਬਾਕੀ ਦੋ ਕੁ ਪੇਸ਼ੈਂਟ ਥੋੜ੍ਹੇ ਜ਼ਿਆਦਾ ਇੰਜਰੀਜ਼ ਹੈਗੀਆਂ ਆ, ਬਾਕੀ ਉਹ ਟੈਸਟ ਵਗੈਰਾ ਅੱਗੇ ਕਰਵਾ ਕੇ ਕੁਛ ਕਹਿ ਸਕਦੇ ਹੈਗੇ। ਰੈਫਰ ਵੀ ਕੀਤਾ? ਫਿਲਹਾਲ ਤਾਂ ਹਲੇ ਰੈਫਰ ਕੋਈ ਕੀਤਾ। ਜਾਜਾ ਬਾਈਪਾਸ ਤੋਂ ਜਲੰਧਰ ਸਾਈਡ ਜਾਂਦੀ ਇੱਕ PRTC ਦੀ ਬੱਸ ਹੈ, ਇੱਕ ਅਪੋਜ਼ਿਟ ਸਾਈਡ ਆਊਟ ਸਾਈਡ ਬੱਸ ਆ ਰਹੀ ਸੀ ਅਮਨ ਬੱਸ ਸਰਵਿਸ, ਇਹਨਾਂ ਦੀ ਆਮੋ ਸਾਹਮਣੇ ਟੱਕਰ ਹੋ ਗਈ ਹੈ। ਜਿਹੜੀ ਪ੍ਰਾਈਵੇਟ ਬੱਸ ਆ ਉਹ ਉੱਥੇ ਪਲਟ ਗਈ ਹੈ, ਅਤੇ ਕਰੀਬ 10-12 ਸਵਾਰੀਆਂ ਜਿਹੜੀਆਂ ਉਹ ਇੰਜਰਡ ਹੈ, ਉਹਨਾਂ ਨੂੰ ਮੌਕੇ 'ਤੇ ਮੈਂ ਸਾਰੀ ਫੋਰਸ ਲੈ ਕੇ ਪਹੁੰਚਿਆ, ਅਤੇ ਇਮੀਡੀਏਟ ਵਹੀਕਲਾਂ ਦਾ ਪ੍ਰਬੰਧ ਕਰਕੇ ਸਰਕਾਰੀ ਗੱਡੀਆਂ 'ਤੇ ਲਿਆ ਕੇ ਹੋਸਪਿਟਲ ਇਹਨਾਂ ਦਾ ਪਹੁੰਚਾਇਆ, ਜਿੱਥੇ ਸਾਰੇ ਅਸੀਂ ਇੱਥੇ ਹੈਗੇ ਹਾਂ ਅਤੇ ਇਹਨਾਂ ਦਾ ਟ੍ਰੀਟਮੈਂਟ ਜਿਹੜਾ ਉਹ ਚੱਲ ਰਿਹਾ। ਸਰ ਕਿੰਨੇ ਕੁ ਲੋਕ ਜ਼ਖਮੀ ਹੋਏ? ਇਹ 10-12 ਹੈਗੇ ਆ, ਡਾਕਟਰ ਸਾਹਿਬ ਟ੍ਰੀਟਮੈਂਟ ਕਰ ਰਹੇ, ਕੁਛ ਨੂੰ ਫਸਟ ਏਡ ਦੇ ਕੇ ਇੱਥੋਂ ਭੇਜ ਦਿੱਤਾ ਗਿਆ, ਅਤੇ ਬਾਕੀ ਦਾ ਟ੍ਰੀਟਮੈਂਟ ਚੱਲ ਰਿਹਾ।